ਲਓ ਮਿਹਰਬਾਨ ਇਹਨੇ ਕਿਹਾ ਕਹਿੰਦੇ ਵੀਰੇ ਉਹ ਮਾਲਕ ਨੇ ਸੋਚਿਆ ਇਹ ਪੂਰਨ ਪਤਾਹੀ ਦੇ ਕੋਲੇ ਖੜ ਕੇ ਸੋਚਦਾ ਕਿ ਪਤਾ ਨਹੀਂ ਅੱਜ ਮਾਲਕ ਨੇ ਵੌੜਨ ਵਾਲੇ ਨੇ ਵੌੜਨਾ ਤੇ ਖੜਾ ਨਾ ਵੌੜਨਾ ਉੱਥੇ ਕਿਹਾ ਕਦੇ ਵਾਵਾ ਸਭ ਤੇਰੇ ਜੇਲਨੀ ਕੋ ਹੁਕਮ ਰਾਜੇ ਨੇ ਦੇ ਲਿਆ ਤੇ ਵੀਰੇ ਤਪੇ ਕੜਾਹੇ ਜੋ ਕੋਲ ਕੋਲ ਕੜਾਹੇ ਆਣ ਕੇ ਕੋਲ ਕੜਾਹੇ ਆਣ ਕੇ ਪੂਰਨ ਗਿਆ ਖੜੋ ਉਹ ਵੀਰੋ ਕਹਿੰਦੇ ਨਾਲੇ ਮਾਲਾ ਫੇਰਦਾ ਤੇ ਫਿਰ ਨਾਲੇ ਪੈਂਦਾ ਉਹਨੇ ਭਰ ਕੇ ਨਾਰਾ ਮਾਰਿਆ ਰੱਬ ਗਿਆ ਸਹਾਈ ਹੋ ਆ ਰੂਪ ਮੱਕੜ ਦਾ ਧਾਰ ਕੇ ਦੇਵੇ ਖੰਭ ਡਬੋ ਫਿਰ ਲਾਉਂਦਾ ਤੇਲ ਤੇ ਤਾਰੀਆਂ ਪਿੱਠ ਨੰਗੀ ਕਦੇ ਡਬੋ ਤੇਰੇ ਭਮੱਕੜ ਨੂੰ ਦੇਖ ਕੇ ਉਹ ਪੂਰਨ ਦੇ ਚਿਹਰੇ ਤੇ ਆ ਗਿਆ ਰੋ ਆ ਪੂਰਨ ਨੇ ਪ੍ਰਭੂ ਜਾਣਿਆ ਤੇ ਗਿਆ ਵਿੱਚ ਕੜਾਹੇ ਦੇ ਹੋ ਮਿਹਰਬਾਨ ਜਦੋਂ ਮਾਲਕ ਨੇ ਆ ਕੇ ਭਮੱਕੜ ਦਾ ਰੂਪ ਧਾਰਨ ਕਰਕੇ ਆ ਤਪਦੇ ਤੇਲ ਦੇ ਉੱਤੇ ਲਾਈਆਂ ਤਾਰੀਆਂ ਤਾਂ ਉਹਨੂੰ ਪਤਾ ਲੱਗ ਗਿਆ ਵੀ ਮੈਨੂੰ ਬਚਾਉਣ ਵਾਲਾ ਆ ਗਿਆ ਹੁਣ ਪੂਰਨ ਨੇ ਵੀਰੇ ਪਾਉਣਾ ਤਾਂ ਇਕੱਲੀ ਉਂਗਲ ਸੀ ਹੱਥ ਸੀ ਤਾਂ ਹੁਣ ਪੂਰਨ ਨੇ ਇਉਂ ਕਰਕੇ ਤਪਦੇ ਤੇਲ ਦੇ ਵਿੱਚ ਉਹ ਵੀਰੇ ਉਸੇ ਤਰ੍ਹਾਂ ਇਉਂ ਕਰਕੇ ਛਾਲ ਹੀ ਮਾਰ ਦਿੱਤੀ ਹੁਣ ਤਪਦੇ ਤੇਲ ਦੇ ਵਿੱਚ ਪੂਰਨ ਜਤੀ ਇਉਂ ਬੈਠਾ ਜਿਵੇਂ ਕਿਤੇ ਕੋਈ ਜਲ ਸਮਾਧੀ ਲਾਈ ਹੋਇਆ ਕਰ ਮਿਹਰਬਾਨ ਉੱਥੇ ਕਿਹਾ ਉੱਥੇ ਕਿਹਾ ਹੁਣ ਪੂਰਨ ਸੱਚਾ ਹੋਇਆ ਉੱਥੇ ਕਿਹਾ ਕਹਿੰਦੇ ਕੌਤਕ ਜੱਗੋ ਤੇਰਮਾ ਰਾਜਾ ਭੱਜਿਆ ਵਾਹੋ ਦਾ ਉਹ ਭੜਕੇ ਕਲਾਵਾ ਪੁੱਤ ਦਾ ਤੇ ਉਹਨੇ ਗੋਦੀ ਲਿਆ ਬਹਾ ਮੂੰਹ ਸਿਰ ਬੱਚੇ ਦਾ ਚੁੰਮਦਾ ਤੇ ਮੂੰਹੋਂ ਮਾਰਦਾ ਧਾ ਕਹਿੰਦਾ ਜੜ ਮੈਂ ਵੱਡਾ ਆਪਣੀ ਉਹ ਮੇਰੀ ਮਾਰੀ ਮਤ ਖਦਾ ਮੇਰਾ ਮਾਲਕ ਬੜਾ ਬਿਆਨਦਾ ਵੀ ਢਾ ਕੇ ਦਿੰਦਾ ਫੇਰ ਬਣਾ ਹੁਣ ਮਿਹਰਬਾਨ ਜਦੋਂ ਪੂਰਨ ਦਾ ਭੜਕੇ ਕਲਾਵਾ ਰਾਜੇ ਸਲਮਾਨ ਨੇ ਜਾ ਕੇ ਉਹ ਕਰਕੇ ਤਖ਼ਤ ਤੇ ਬਿਠਾ ਦਿੱਤਾ ਲਾ ਕੇ ਸਿਰ ਦਾ ਤਾਜ ਪੂਰਨ ਦੇ ਸਿਰ ਤੇ ਰੱਖ ਦਿੱਤਾ ਉਹ ਪੁੱਤਰ ਅੱਜ ਤੋਂ ਤੂੰ ਮੇਰਾ ਸੱਚਾ ਪੁੱਤ ਹੋ ਗਿਆ ਅੱਜ ਤੋਂ ਤੂੰ ਮੇਰਾ ਰਾਜਾ ਪੁੱਤ ਹੋ ਗਿਆ ਲਓ ਮਿਹਰਬਾਨ ਉੱਥੇ ਇੱਕ ਗੋਲੀ ਭੇਜੀ ਹੋਈ ਰਾਣੀ ਲੂਣਾ ਦੀ ਵੀ ਜੇ ਕਿਤੇ ਪੂਰਨ ਸੱਚਾ ਹੁੰਦਾ ਛੇਤੀ ਤੋਂ ਛੇਤੀ ਆ ਕੇ ਮੈਨੂੰ ਖਬਰਾਂ ਕਰਦੀ ਮਿਹਰਬਾਨ ਉੱਥੇ ਕਿਹਾ ਕਹਿੰਦੇ ਗੋਲੀ ਨੇ ਕੂਕਾਂ ਮਾਰੀਆਂ ਭੱਜੀ ਵਾਲ ਖਲਾਰ ਕੋਲ ਰਾਣੀ ਦੇ ਜਾ ਕੇ ਉਹ ਤਾਂ ਪਿੱਟਦੀ ਆ ਧਾੜੋ ਧਾੜ ਕਹਿੰਦੀ ਨੀ ਅੱਜ ਪੂਰਨ ਸੱਚਾ ਹੋ ਗਿਆ ਆ ਰਾਜੇ ਦੇ ਦਰਬਾਰ ਤੈਨੂੰ ਮੈਨੂੰ ਰਾਣੀਏ ਰਾਜੇ ਨੇ ਦੇਣਾ ਮਾਰ ਕਹਿੰਦੀ ਲਾਜ ਬਣਾ ਲੈ ਬਚਣ ਦਾ ਜੇ ਪੱਤ ਰੱਖੇ ਪਰਵਤਗਾ ਜੇ ਆਪਣੀ ਮਾਲਕ ਪੱਤ ਰੱਖ ਲੈ ਰਾਣੀ ਕੋਈ ਲਾਜ ਬਣਾ ਲੈ ਹੁਣ ਤੇਰੀ ਮੇਰੀ ਖੈਰ ਨੀ ਅੱਜ ਪੂਰਨ ਭਰੀ ਕਚਹਿਰੀ ਦੇ ਵਿੱਚ ਸੱਚਾ ਹੋ ਗਿਆ ਪੁੱਤਰਾ ਲਓ ਵੀਰਿਓ ਉਹ ਗੋਲੀ ਕਹਿਣ ਲੱਗੀ ਨੀ ਗੋਲੀ ਨੂੰ ਰਾਣੀ ਕਹਿਣ ਲੱਗੀ ਆ ਗੋਲੀਏ ਰੋਣੀ ਕਿਹੜੀ ਗੱਲੋਂ ਆ ਕਹਿੰਦੀ ਰੋਵਣਾ ਤਾਂ ਹੋਰ ਕੀ ਕਰਾਂ ਆਪਣੇ ਤੈਂ ਗੁਨਾਹ ਕੀਤੇ ਆ ਤੈਂ ਤਾਂ ਮਰਨਾ ਆ ਮੈਂ ਤਾਂ ਬਿਨਾਂ ਗੁਨਾਹ ਹੀ ਮਾਰੀ ਜਾਣਾ ਉਹ ਕਹਿੰਦੀ ਰੋਣੋ ਚੁੱਪ ਹੋ ਜਾ ਚੁੱਪ ਹੋ ਜਾ ਕੀ ਕਦਰਾ ਰਾਜਾ ਮੇਰੀ ਕਿਰਤ ਨੂੰ ਮਿਟਾ ਦੇਵੇ ਉੱਥੇ ਕਿਹਾ ਮੇਰੇ ਪੁੱਛੇ ਬਿਨਾਂ ਕਹਿੰਦੀ ਰਾਜਾ ਕਦਮ ਨਾ ਪੱਟੂ ਉੱਥੇ ਕਿਹਾ ਕਹਿੰਦੇ ਮਿਹਰਬਾਨ ਅੱਗੇ ਉਹ ਰਾਣੀ ਬੋਲਦੀ ਗੋਲੀ ਨੂੰ ਕਹੇ ਸੁਣਾ ਨਾ ਰੋ ਗੋਲੀ ਮੇਰੀ ਏ ਐਵੇਂ ਨਾ ਮਗਜ ਖਪਾ ਕੀ ਕਦਰ ਆ ਰਾਜੇ ਸਲਮਾਨ ਦੀ ਉਹ ਮੇਰੀ ਕੀਤੀ ਦੇਵੇ ਮਿਟਾ ਫਿਰ ਕਦਮੋ ਕਦਮੀ ਚੱਲ ਕੇ ਉਹ ਵੀਰੇ ਉਹ ਸੰਜੇ ਤੇ ਖੜਦੀ ਜਾ
ਉਹ ਤਾਂ ਬਾਹ ਕੱਢ ਕੇ ਬੋਲਦੀ ਪਰ ਮੂੰਹੋਂ ਮਾਰਦੀ ਧਾ। ਵੇ ਕਹਿੰਦੀ ਤੇਰੀ ਕਰਕੇ ਕਚਹਿਰੀ ਰਾਜਿਆ ਨਿਆ, ਇਹ ਤਾਂ ਜਾਦੂਗਰਾਂ ਦਾ ਬਾਲੜਾ, ਇੱਕ ਪਈਆ ਜਾਦੂ ਕਰਨੀ ਆ ਇਹਦੀ ਮਾਂ, ਇਹ ਤਾਂ ਆਗਾ ਬੰਨਣ ਜਾਣ ਦੇ ਤੇ ਠੰਡਾ ਹੋ ਗਿਆ ਤਾਂ, ਜੇ ਰੱਖਣਾ ਜੁਲਮੀ ਪੁੱਤ ਨੂੰ ਮੈਨੂੰ ਦੱਸ ਟਿਕਾਣਾ। ਹਾਂ ਕਹਿੰਦੀ ਮੈਂ ਕਿਤੇ ਹੋਰ ਚਲੀ ਜਾਂਦੀ ਹਾਂ, ਮੋੜ ਕੇ ਜਵਾਬ ਕਰਦੀ ਹਾਂ ਜਾ ਕੇ ਰਾਜੇ ਸਲਮਾਨ ਦੇ ਨਾਲ ਰਾਣੀ ਲੂਣਾ ਮਹਿਲਾਂ ਦੇ ਵਿੱਚ ਕਿਹੜਾ ਚਮਕਦਾ। ਮਿਹਰਬਾਨ ਇਹ ਤੈਨੂੰ ਇਹ ਵੀ ਪਤਾ ਹੋਣਾ ਵੀ ਪੂਰਨ ਦੇ ਨਾਨਕੇ ਕਿੱਥੇ ਆ, ਉਹ ਕਹਿੰਦਾ ਬੰਗਲਾਦੇਸ਼ ਦੇ ਵਿੱਚ। ਫਿਰ ਤੈਨੂੰ ਇਹ ਵੀ ਪਤਾ ਹੋਣਾ ਉਹ ਜਾਦੂਗਰਾਂ ਦਾ ਦੇਸ਼ ਹੈ, ਇਹ ਅੱਗ ਬੰਨਣ ਜਾਣਦੇ ਆ, ਇਹਦੀ ਮਾਂ ਨੇ ਅੱਗ ਬੰਨ ਦਿੱਤੀ ਉਹ ਤੇਲ ਤਾਂ ਨਹੀਂ ਤਪਿਆ, ਇੱਕ ਮੋੜ ਕੇ ਜੇ ਜੁਲਮੀ ਪੁੱਤ ਨੂੰ ਰੱਖਣਾ ਮੈਨੂੰ ਕਿਤੇ ਥਾਂ ਟਿਕਾਣਾ ਦੱਸ ਦੇ ਮੈਂ ਕਿਤੇ ਹੋਰ ਚਲੀ ਜਾਂਦੀ ਹਾਂ। ਇੱਕ ਰਾਜੇ ਸਲਮਾਨ ਨੂੰ ਮੋੜ ਕੇ ਲਾਹਣਤਾ ਪਾਉਂਦੀ ਆ ਜਾ ਕੇ ਕਿਹੜੇ ਜਵਾਕ ਕੇ ਬੋਲਦੀ ਆ। ਗੋਲੀ ਨੂੰ ਕਹੇ ਛੁਪਾਈ ਨਾ ਰੋ ਗੋਲੀ ਮੇਰੀ ਨਾ ਮਗ ਛੁਪਾ ਕਦਰ ਰਾਜ ਸਲਮਾਨ ਪ੍ਰੀਤੀ ਨੂੰ ਮਿਟਾ ਦੇ ਖੜਦੀ ਕੱਢ ਕੇ ਬੋਲਦੀ ਫਿਰ ਮੂੰਹ ਮਾਰਦੀ ਕਰਕੇ
ਕਚਹਿਰੀ ਯਾਦੂ ਘਰਾਂ ਦਾ ਭੱਜ ਲੈ ਕਦੂ ਘਰਾਂ ਦਾ ਭੱਜ ਲੈ ਅਗਿਆ ਬੰਨਣ ਜਾਣ ਹੋ ਗਿਆ ਸਤ ਟਿਕਾਣਾ